ਲਓ ਜੀ, ਆਪਾਂ ਪਹੁੰਚ ਗਏ ਗੁਜਰਾਤ ਖੁੜਿਆਰ ਸਟੱਡ ਫਾਰਮ 'ਤੇ ਜੀ। ਸ਼ਿਵਾ ਘੋੜਾ ਬਾਈ ਦੁੱਲੇ ਨੇ ਲਿਆ ਅਤੇ ਉਹਨੂੰ ਲੈਣ ਵਾਸਤੇ ਆਏ ਹਾਂ ਆਪਾਂ, ਅਤੇ ਨਾਲ ਬਾਈ ਸੁੱਕੇ ਸ਼ੇਰ ਗਿੱਲਾ। ਆ ਲਓ ਜੀ ਖੋਲ੍ਹ ਅਤੇ ਗੇਟ, ਫਾਰਮ ਬਹੁਤ ਸੋਹਣਾ ਬਣਿਆ ਹੋਇਆ, ਬਾਈ ਰਾਜੂ ਦਸਾਈ ਓਨਰ ਨੇ, ਉਹ ਉਹਨਾਂ ਦਾ ਤੁਹਾਨੂੰ ਸਾਰਾ ਫਾਰਮ ਦਿਖਾਵਾਂਗੇ ਆਪਾਂ। ਅਤੇ ਜਾਨਵਰ ਬਹੁਤ ਸੋਹਣੇ ਨੇ, ਕੁਆਲਿਟੀ ਹੈ ਜਿਹੜੀ ਟੋਪ ਰੱਖੀ ਹੋਈ ਹੈ ਵੀਰ ਨੇ। ਇਸ ਫਾਰਮ ਤੋਂ ਇੱਕ ਨਹੀਂ, ਕਈ ਆਸਟ੍ਰੇਲੀਅਨ ਟੋਪ ਦੇ ਪਹਿਲਾਂ ਆਪਣੇ ਪੰਜਾਬ ਵੀ ਗਿਆ, ਬਾਕੀ ਸਟੇਟਾਂ ਦੇ ਵਿੱਚ ਵੀ ਗਿਆ। ਅਤੇ ਸਫ਼ਰ ਸਾਡਾ ਬਹੁਤ ਲੰਮਾ ਸੀ, ਤਕਰੀਬਨ 1000 ਕਿਲੋਮੀਟਰ ਦੇ ਨੇੜੇ ਸਾਨੂੰ ਸਫ਼ਰ ਆ ਜਿਹੜਾ ਉਹ ਪੈ ਗਿਆ। ਅਤੇ ਪਹੁੰਚ ਕੇ ਫਿਰ ਅਸੀਂ ਖੁੜਿਆਰ ਸਟੱਡ ਫਾਰਮ 'ਤੇ, ਸਿਵਾਲਾ ਗੁਜਰਾਤ, ਇਹ ਲੈਂਡ ਆਫ ਮਾਰਵਾੜੀ ਹਾਰਸ। ਅਤੇ ਸਫ਼ਰ ਲੰਮਾ ਹੋਣ ਕਰਕੇ ਸਾਰੀ ਰਾਤ ਗੱਡੀਆਂ ਗੁੱਡੀਆਂ ਚਲਾਈਆਂ, ਅਤੇ ਸਾਡੇ ਬੰਦੇ ਥਕਾਵਟ ਵੀ ਮਹਿਸੂਸ ਕਰ ਰਹੇ ਸੀ ਕਾਫ਼ੀ, ਪਰ ਘੋੜਿਆਂ ਨੂੰ ਦੇਖ ਕੇ ਥਕਾਵਟ ਆ ਜਿਹੜੀ ਉਹ ਸਾਰੀ ਲੈ ਗਈ। ਫਾਰਮ ਬਹੁਤ ਵੱਡਾ ਬਣਾਇਆ ਹੋਇਆ, ਰਿੰਗ ਵੀ ਅੰਦਰ ਸੈਂਟਰ ਦੇ ਵਿੱਚ ਹੀ ਆ, ਅਤੇ ਆਹ ਸਟੈਚੂ ਘੋੜੇ ਦਾ ਬਹੁਤ ਸੋਹਣਾ ਲੱਗਿਆ ਹੋਇਆ, ਮੈਨੂੰ ਬਹੁਤ ਪਿਆਰਾ ਲੱਗਿਆ। ਅਤੇ ਆਹ ਟਰੋਫੀਆਂ ਨੇ ਗੈਸਟ ਰੂਮ ਦੇ ਵਿੱਚ ਲੱਗੀਆਂ ਹੋਈਆਂ। ਅਤੇ ਫਿਰ ਰਾਤ ਨੂੰ ਅਸੀਂ ਨੇ ਆਹ ਇੱਕ ਜੋੜਾ ਦੇਖਿਆ, ਪਿੱਛੇ ਸ਼ਿਵਾ ਦਾ ਬੱਚਾ ਅਤੇ ਘੋੜੀ ਆ, ਬਾਕੀ ਹੋਰ ਵੀ ਬਹੁਤ ਜਾਨਵਰ ਦੇਖੇ ਅਸੀਂ, ਬਹੁਤ ਸੋਹਣੇ ਸੋਹਣੇ, ਅਜੇ ਕੁਝ ਦਿਨਾਂ ਦੀ ਆ ਬੱਚਾ ਇਹ, ਅਤੇ ਸੋਹਣਾ ਬਹੁਤ ਆ, ਗਰਦਨ ਗੁਰਦਨ ਬਹੁਤ ਸੋਹਣੀ ਹੈ। ਅਤੇ ਦੂਜੀ ਸਵੇਰ ਦੀ ਗੱਲਬਾਤ ਕਰਨੀ, ਲਓ ਜੀ ਆਪਾਂ ਪਹੁੰਚ ਕੇ ਗੁਜਰਾਤ ਦੇ ਵਿੱਚ, ਸਾਹਮਣੇ ਐਂਬੂਲੈਂਸ ਤਿਆਰ ਆ ਘੋੜਾ ਲੈ ਕੇ ਜਾਣ ਵਾਸਤੇ, ਅਤੇ ਸਾਡੀ ਜਿੰਨੀ ਵੀ ਟੀਮ ਪਹੁੰਚੀ ਹੋਈ ਆ ਇੱਧਰ, ਸੁੱਖੀ ਸ਼ੇਰਗਿੱਲ ਪੰਜਾਬ ਪੈਦਾਵਾਰ ਤੋਂ, ਬਾਈ ਵੀ ਸ਼ੋਟ ਲੈ ਰਿਹਾ, ਅਤੇ ਬਾਈ ਦੁੱਲਾ ਅਮਨੀ ਰੰਧਾਵਾ ਡਾਕਟਰ ਹੋ ਗਿਆ ਬਾਈ, ਅਤੇ ਉੱਧਰ ਅਕਬਰ ਖੜ੍ਹਾ, ਅਤੇ ਇੱਧਰ ਬਾਈ ਰਾਜੂ ਓਨਰ ਨੇ ਜੋ ਪੁਰਾਣੇ ਸ਼ਿਵਾ ਘੋੜੇ ਦੇ। ਲਓ ਜੀ ਤੁਹਾਨੂੰ ਘੋੜੀਆਂ ਵੀ ਆਪਾਂ ਦਿਖਾਵਾਂਗੇ, ਅਤੇ ਇਸ ਫਾਰਮ ਦਾ ਸ਼ਿਕਾਰ ਪੰਜਾਬ ਜਾ ਰਿਹਾ ਸ਼ਿਵਾ, ਉਹ ਵੀ ਥੋੜ੍ਹੇ ਟਾਈਮ ਤੱਕ ਦਿਖਾਉਣੇ ਆਪਾਂ ਤੁਹਾਨੂੰ। ਅਤੇ ਉਹ ਸਾਹਮਣੇ ਸ਼ਿਵਾ ਦਾ ਰਿਜ਼ਲਟ ਬੈਠਾ, ਅਵਲਕ ਬੱਚਾ ਬਹੁਤ ਸੋਹਣਾ, ਕੰਨ ਕੁੰਨ ਦੇਖੋ ਕਿੰਨਾ ਘੈਂਟ ਆ ਉਹਦਾ, ਆ ਜਾ ਪੁੱਤ। ਲਓ ਜੀ ਹੋ ਗਿਆ ਖੜਾ, ਅਜੇ ਥੋੜ੍ਹੇ ਟਾਈਮ ਦਾ ਹੀ ਆ ਕੁਝ ਦਿਨਾਂ ਦਾ, ਅਤੇ ਕੱਦ ਕਾਠ ਬੜਾ। ਇੱਕ ਆਹ ਘੋੜੀ ਖੜੀ ਇੱਧਰ, ਲਓ ਜੀ ਇੱਕ ਆਹ ਘੋੜੀ ਆ, ਘੋੜੀਆਂ ਸਾਰੀ ਟੋਪ ਦੀਆਂ ਨੇ। ਅਤੇ ਇੱਧਰ ਬਾਈ ਅਕਬਰ, ਅਕਬਰ ਤੂੰ ਤਾਂ ਆਉਂਦਾ ਜਾਂਦਾ ਰਹਿੰਦਾ ਇੱਧਰ ਹੈ, ਅਤੇ ਮੈਨੂੰ ਇਹ ਲੱਗਦਾ ਵੀ ਬਰੀਡਿੰਗ 'ਤੇ ਜ਼ਿਆਦਾ ਕੰਮ ਹੁੰਦਾ। ਅੱਛਾ ਇਹ ਉਹਦੇ ਵਾਲੀ ਆ ਘੋੜੀ, ਦੇਵਲੀ ਲਾਈਨ ਦੀ, ਠੀਕ ਆ। ਇੱਕ ਮਊਆ ਘੋੜੀ ਆ ਬਸ, ਬਾਕੀ ਸਾਰੀ ਤਕਰੀਬਨ ਬਲੈਕ ਨੇ, ਹੈ ਨਾ। ਇਹ ਗੋਲਡਨ ਰੌਕ ਦਾ ਬੱਚਾ, ਦੋ ਦਿਨ ਦੇ ਇਹ ਤੁਹਾਨੂੰ ਨਾਲ ਦੇ ਨਾਲ ਫਾਰਮ ਟੂਰ ਵੀ ਕਰਾ ਦੇਣੇ, ਥੋੜ੍ਹਾ ਥੋੜ੍ਹਾ ਦਿਖਾਈ ਜਾਂਦੇ ਹਾਂ। ਅਤੇ ਆਹ ਖੁਰਲੀਆਂ ਦੇਖੋ ਸਾਫ਼ ਪਈਆਂ ਨੇ ਬਿਲਕੁਲ ਕੀਤੀਆਂ। ਆ ਰਾਤ ਜਦੋਂ ਆਪਾਂ ਨੇ ਅਕਬਰ ਘੋੜੀਆਂ ਦੇਖੀਆਂ ਨੇ ਉਦੋਂ ਆਪਾਂ ਨੇ ਡਿਟੇਲ ਦੱਸਣੀ ਸੀ, ਹੈ ਨਾ। ਹਾਂ ਹਨੇਰਾ ਸੀ ਥੋੜ੍ਹਾ ਜਿਹਾ ਜ਼ਿਆਦਾ। ਹਾਂ ਹਾਂ ਇਹ ਪੰਕਜ ਦੀ ਆ ਗਈ, ਹਾਈਟ ਹੂਈਟ ਬਹੁਤ ਹੈ ਇਹਦੀ ਘੋੜੀ ਦੀ, ਆ ਰਹੀਆਂ ਨਾ। ਰੂਮ ਵਗੈਰਾ ਬੜੇ ਸੋਹਣੇ ਬਣਾਏ ਹੋਏ ਆ, ਨੀਲੀ ਮੱਖੀ ਆਈ ਹੋਈ ਹੈ ਇਹਦੇ, ਹੈ ਨਾ, ਘੈਂਟ ਆ ਪੂਰੀ ਘੋੜੀ ਇਹ ਵੀ। ਤਕਰੀਬਨ ਰਾਜੂ ਬਾਈ ਨੇ ਕਰੀਮ ਰੱਖੀ ਹੋਈ ਆ, ਕਲਰ ਇਹਦਾ ਬਹੁਤ ਯੂਨੀਕ ਜਿਹਾ। ਕਿਹੜਾ ਆਹ ਘੋੜਾ ਹੈ?
ਇਹ ਹੈ ਕਿਹੜੇ ਘੋੜੇ ਦਾ? ਹਾਂਜੀ ਪਤਾ। ਅੱਛਾ ਹਾਂ ਅੱਛਾ ਅੱਛਾ ਨੈੱਕ ਨੁੱਕ ਬਹੁਤ ਸੋਹਣੀ ਹੈ ਇਹਦੀ ਯਾਰ। ਇੱਧਰੋਂ ਆ ਗਿਆ ਭਾਈ ਦੁੱਲਾ। ਅਸੀਂ ਘੋੜੀਆਂ 'ਤੇ ਨਿਗਾਹ ਮਾਰ ਰਹੇ ਬਾਈ ਦੁੱਲੇ। ਹਾਂ ਇਹ ਰਾਤ ਦੇਖਿਆ ਆਪਣੇ ਗੈਮਲਰ ਦੀ ਬੱਚੀ ਚੋਟੀ ਦੇ ਨਹੀਂ ਹੱਥ ਪਾਇਆ ਤੁਸੀਂ ਨੇ ਵੀ ਫਿਰ ਉਰੇ ਸ਼ਿਵਾ ਨੂੰ ਹੈ। ਬਹੁਤ ਘੋੜੀਆਂ ਮਿਲਣ ਵਾਲੀਆਂ ਖੜੀਆਂ ਨੇ ਤਕਰੀਬਨ ਆਈਆਂ। ਇਹ ਤਾਂ ਹੋ ਗਈਆਂ ਬੇਟਾ ਹੁਣ ਵਿੱਚੋਂ ਉਹ ਸੀਗੀਆਂ ਜਿਹੜੀਆਂ। ਅੱਛਾ ਅੱਛਾ 300 ਦਾ ਪਲੱਸ ਬਣਾ ਬਈ ਉਹ ਮੇਟ ਹੋ ਗਈ ਸ਼ਿਵਾ ਤੋਂ। ਸਾਰੇ ਵਾਲੀ ਘੋੜੀ ਉਹ ਜਿਹੜੀ ਸਾਰੇ ਆਉਂ ਘੋੜ ਆਈ। ਹਾਂ ਉਹ ਵੀ ਗੱਬਣਾ ਸ਼ਿਵਾ ਤੋਂ। ਇੱਕ ਉਹ ਗੋਲਡਨ ਰੌਕ ਵਾਲੀ ਬੱਚੀ ਵੀ ਕਹਿ ਰਿਹਾ। ਆਹ ਘੋੜੀ ਬਹੁਤ ਚੰਗੀ ਆ ਪਟਾ ਪਟਾ ਦੇਖਦਾ। ਇਹਦੇ ਮਗਰ ਸੀ ਸ਼ਿਵਾ ਦਾ ਬੱਚਾ ਹੈ ਨਾ ਜਿਹੜਾ ਸੇਲ ਹੋ ਗਿਆ। ਆਪਣੇ ਪੰਜਾਬ 'ਚ ਵੀ ਯਾਰ ਕਈ ਬੱਚੇ ਵੱਗ ਗਏ ਸ਼ਿਵਾ ਦੇ। ਲੋ ਵੀ ਮਿੱਤਰੋ ਗੁਜਰਾਤ ਦਾ ਸ਼ਿੰਗਾਰ ਹੁਣ ਪੰਜਾਬ ਦੀ ਸ਼ਾਨ ਬਣਨ ਜਾ ਰਿਹਾ ਸ਼ਿਵਾ। ਅਸੀਂ ਮੋੜ ਕੇ ਖੜਾਉਣਾ ਸਟਾਰਟ ਹੀ ਰਹਿੰਦੇ ਵੀ ਹਾਰ ਸ਼ਿੰਗਾਰ ਲੱਗਣੇ ਆ ਸ਼ਿਵਾ ਦੇ। ਵਧੀਆ ਬਾਈ ਕੈਮੋ ਨਾ ਨਾ ਸ਼ੇਰ ਗਿੱਲਾ ਸ਼ੇਰ ਸੂਦੇ ਆਪਾਂ ਉਹ ਚੋਂ ਭਾਈ ਵਾਂਸ ਚੋਂ ਇੱਧਰ ਖੜਾ ਬਾਈ ਰਾਜੂ ਬਾਈ ਦੇਸਾਈ ਜਿਹਦੇ ਥੋੜੇ ਆਰ ਸਟੱਡ ਫਾਰਮ ਤੇ ਬਾਈ ਇਹ ਲਓ ਜੀ ਰਸਮ ਹੋਣੀ ਆ ਹੁਣ। ਬਾਈ ਰਾਜੂ ਦੇਸਾਈ ਨੇ ਆਪਣੇ ਜਿਗਰ ਦਾ ਟੁਕੜਾ ਦਿੱਤਾ ਆਪਣੇ ਪੰਜਾਬ ਦੀ ਝੋਲੀ ਪਾਇਆ। ਬਾਈ ਦੁੱਲਾ ਅਤੇ ਡਾਕਟਰ ਸਾਹਿਬ ਬਾਈ ਅਕਬਰ ਫੁੱਲਾਂ ਦਾ ਹਾਰ ਚੱਕੀ ਖੜਿਆ ਅਤੇ ਇੱਧਰ ਬਾਈ ਅਮਨੀ ਐਨ ਪੂਰੇ ਰੀਤੀ ਰਿਵਾਜ਼ਾਂ ਨਾਲ ਕਹਿ ਲਓ ਰਸਮ ਨਾਲ ਘੋੜਾ ਆਪਣੇ ਪੰਜਾਬ ਆ ਰਿਹਾ ਜੀ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਅਤੇ ਬਾਈ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ। ਪੰਜਾਬੀਓ ਸਾਰਿਆਂ ਨੂੰ ਤੁਹਾਨੂੰ ਵਧਾਈਆਂ ਨੇ ਭਰਾਵੋ ਅਤੇ ਇੰਨਾ ਚੰਗਾ ਘੋੜਾ ਆਪਣੀ ਪੰਜਾਬ ਦੀ ਝੋਲੀ ਪੈ ਗਿਆ ਬਾਈ ਰਾਜੂ ਦੇਸਾਈ ਨੇ। ਸ਼ਗਨ ਹੋ ਰਿਹਾ ਜੀ ਅਤੇ ਬਾਈ ਦੁੱਲਾ ਧੰਨਵਾਦ ਕਰ ਰਿਹਾ ਬਾਈ ਰਾਜੂ ਦਾ ਕਿ ਆਪਦੇ ਜਿਗਰ ਦਾ ਟੁਕੜਾ ਦਿੱਤਾ ਉਹਨਾਂ ਨੇ।
ਫੋਟੋ ਅਲੱਗ ਤੋਂ ਲੈ ਲਓ ਯਾਰ, ਹਮ ਹਮਾਰੀ ਵੀਡੀਓ ਚੱਲ ਰਹੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਬਾਈ, ਵਧਾਈਆਂ ਦੁੱਲੇ। ਲੈ ਵੀ ਜਕਾਰਾ ਛੱਡ ਦੀਏ ਕੱਪਾਂ ਪੰਜਾਬੀਆਂ ਵਾਲਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦੁੱਲੇ ਬਾਈ ਆਪਦੇ ਵੱਲੋਂ ਦੋ ਸ਼ਬਦ ਬੋਲ ਕੇ ਬਾਈ ਧੰਨਵਾਦ ਵੀ ਕਰਦੇ ਹਨਾ ਬਾਈ। ਧੰਨਵਾਦ ਕਰਦੇ ਆ ਬਾਈ ਦਾ, ਰਾਜੂ ਦਾ ਜੀ, ਜਿਹਨੇ ਸਾਡੇ ਘਰੇ ਇੰਨਾ ਸੋਹਣਾ ਬੂਟਾ ਲਾਇਆ। ਬਿਲਕੁਲ ਬਾਈ, ਯਾਰ ਦਾ ਬੱਚਾ ਸਾਨੂੰ ਜੋ ਝੋਲੀ ਪਾਇਆ ਗਿਆ ਸੀ ਵੀ ਬੱਚਾ ਬਣਾ ਕੇ ਲੈ ਕੇ ਚੱਲੇ ਆਂਗੇ ਜੀ। ਪਰਮਾਤਮਾ ਸੁੱਖ ਰੱਖੇ। ਆਉਣ ਵਾਲੇ ਸਮੇਂ ਦੇ ਵਿੱਚ ਘੋੜੇ ਦਾ ਤੇ ਬਾਈ ਰਾਜੂ ਦਾ ਵੱਧ ਤੋਂ ਵੱਧ ਨਾਮ ਹੋਵੇ। ਨਹੀਂ ਨਹੀਂ ਬਿਲਕੁਲ ਬਾਈ, ਧੰਨਵਾਦ ਬਾਈ ਦਾ। ਸਾਰੇ ਪੰਜਾਬੀਆਂ ਨੂੰ ਵਧਾਈਆਂ ਭਰਾਵੋ, ਬਹੁਤ ਬਹੁਤ। ਤੇ ਬਾਈ ਰਾਜੂ ਉਹ ਬੰਦਾ ਜਿਹਨੇ ਆਪਣੀ ਪੰਜਾਬ ਦੀ ਝੋਲੀ ਪਹਿਲਾਂ ਵੀ ਚੰਗੇ ਘੋੜੇ ਦਿੱਤੇ ਤੇ ਬਹੁਤ ਟੌਪ ਟੌਪ ਦੇ ਘੋੜੇ ਇਸ ਫਾਰਮ ਤੋਂ ਗਏ ਆ ਜੀ। ਤੇ ਅੱਜ ਇੱਕ ਆਪਾਂ ਹੋਰ ਹੀਰਾ ਬਾਈ ਦੇ ਫਾਰਮ ਤੋਂ ਲੈ ਕੇ ਜਾ ਰਹੇ ਹਾਂ ਜੀ, ਆਪਣੀ ਪੰਜਾਬ ਦੀ ਝੋਲੀ। ਸਾਰਿਆਂ ਦਾ ਸਾਂਝਾ ਹੀ ਘੋੜਾ ਜੀ, ਸਾਰੇ ਪੰਜਾਬੀਆਂ ਦਾ, ਤੇ ਬਹੁਤ ਮਾਣ ਵਾਲੀ ਗੱਲ ਆ। ਤੇ ਬਾਈ ਦੁੱਲੇ ਨੂੰ ਬਹੁਤ ਬਹੁਤ ਵਧਾਈਆਂ ਨੇ। ਸ਼ਿਵਾ ਇਹਦੀ ਮਹਿਮਾਨਨਵਾਜੀ ਦੇਖ ਕੇ, ਵੈਸੇ ਤਾਂ ਆਪਾਂ ਗੱਲ ਕਰੀਏ ਵੀ ਪੂਰੇ ਗੁਜਰਾਤੀ ਨਾ, ਮੈਂ ਕਹਿੰਦਾ ਬਾਈ ਮਹਿਮਾਨਨਵਾਜੀ ਦੇ ਲਈ ਮੰਨੇ ਜਾਂਦੇ ਹੈਗੇ। ਪਰ ਰਾਜੂ ਭਾਈ ਕੋਲ ਅਸੀਂ ਕੱਲ੍ਹ ਦੇ ਆਏ ਗਏ ਹਾਂ, ਜਿਵੇਂ ਆਪਣੇ ਪੰਜਾਬ ਦੇ ਵਿੱਚ ਸੇਵਾ ਹੁੰਦੀ ਹੈ ਨਾ, ਅਤੇ ਗੁਜਰਾਤ ਦੇ ਵਿੱਚ ਬਾਈ ਨੇ, ਮੈਂ ਕਹਿੰਦਾ ਬਾਈ ਉਦੋਂ ਵੱਧ ਕੇ ਸੇਵਾ ਕਰਤੀ, ਸ਼ਿਰਾ ਕਰਤਾ ਘੋੜੇ ਨੂੰ ਪੰਜਾਬ ਲੈ ਕੇ ਜਾਣਾ ਜੀ। ਅਤੇ ਬਾਈ ਦੁੱਲੇ ਬਾਈ ਹੋਰੀ, ਮੈਂ ਕਹਿੰਦਾ ਬਾਈ ਪੂਰਾ ਫਲ ਵਾਧੀਆਂ ਕਰਦੇ ਸਕਦੇ ਨੇ। ਲਓ ਜੀ ਸੇਵਾ ਕਿੰਨਾ ਜਚ ਰਿਹਾ ਭਰਾਵੋ ਅੱਜ ਰਾਤ ਨੂੰ ਪੰਜਾਬ ਦੇ ਵਿੱਚ ਬਾਹਲਾ, ਮੈਂ ਕਹਿੰਦਾ ਬਾਈ ਸ਼ਿਰਾ ਜਾਣ ਵਾਲਾ ਤੁਸੀਂ ਦੇਖ ਸਕਦੇ ਹੋ। ਬਾਕੀ ਕਮੈਂਟ ਕਰਕੇ ਜ਼ਰੂਰ ਦੱਸੋ ਬਾਈ ਲਓ ਜੀ ਹੁਣ ਲੋਡਿੰਗ ਹੋਣੀ ਆ ਸ਼ਿਵਾ ਦੀ। ਵੱਡੀ ਕੀਮਤ ਦੇ ਘੋੜੇ ਦੀ ਐਂਟਰੀ ਹੋ ਰਹੀ ਆ ਪੰਜਾਬ ਦੇ ਵਿੱਚ। ਲਓ ਜੀ ਲੋਡਿੰਗ ਹੋਣੀ ਆ ਹੁਣ ਸ਼ਿਵਾ ਦੀ। ਬਾਈ ਅਮਰਿੰਦਰ ਸਰਾਓ ਮੁਬਾਰਕਾਂ ਜੀ, ਤੁਹਾਨੂੰ ਵੀ ਮੁਬਾਰਕਾਂ ਅਮਰਿੰਦਰ ਵੀਰੇ। ਲਓ ਜੀ ਨਵੇਂ ਮੂਹਰੇ ਪੈ ਰਹੇ ਨੇ ਘੋੜੇ ਦੇ। ਸਾਰੇ ਪੰਜਾਬ ਵਾਸਤੇ ਮਾਣ ਵਾਲੀ ਗੱਲ ਆ। ਪਹਿਲਾਂ ਵੀ ਦੇਖੋ ਕਰੀਮ ਜਾਂਦੀ ਰਹੀ ਆ ਪੰਜਾਬ 'ਚ ਬਾਹਰੋਂ, ਅਤੇ ਅੱਜ ਵੀ ਇੱਕ ਕਰੀਮ ਲੈ ਕੇ ਚੱਲੇ ਹਾਂ ਆਪਾਂ। ਅਤੇ ਵੱਡੇ ਜਿਗਰ ਵਾਲੇ ਨੇ ਆਪਣੇ ਪੰਜਾਬੀ ਯਾਰ, ਦਿਲ ਖੋਲ੍ਹ ਕੇ ਪੈਸਾ ਲਾਉਂਦੇ ਇਹੋ ਜਿਹੀਆਂ ਚੀਜ਼ਾਂ 'ਤੇ, ਅਤੇ ਆਪਣੀ ਪੰਜਾਬ ਦੀ ਝੋਲੀ ਇਹੋ ਜਿਹੇ ਹੀਰੇ ਪਾ ਦਿੰਦੇ ਆ ਇਹਦੇ। ਯਾਰ ਮੈਂ ਤੁਹਾਨੂੰ ਬੱਚੇ ਵੀ ਦਿਖਾਊਂਗਾ ਬਾਈ, ਸਿਰਾ ਲਾਇਆ ਪਿਆ। ਲਓ ਜੀ ਹੁਣ ਲੋਡਿੰਗ ਹੋਣੀ ਆ ਸ਼ਿਵਾ ਦੀ। ਲੈ 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 ਲੈ
ਲਓ ਜੀ, ਲੋਡਿੰਗ ਹੋ ਗਈ ਸ਼ਿਵਾ ਦੀ। ਸਾਰੇ ਪੰਜਾਬ ਵਾਲੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬਾਈ। ਉਹ ਪਾਰਟੀਸ਼ਨ ਵਾਸਤੇ ਜੀ, ਪਾਰਟੀਸ਼ਨ ਲਗਾ ਦੇ, ਲਗਾ ਦੇ, ਅੱਛੀ ਬਾਤ ਹੈ। ਹਾਂ ਹਾਂ, ਲਗਜ਼ਰੀ ਗੱਡੀ ਦੇ ਵਿੱਚ ਆ ਰਿਹਾ ਜੀ ਸ਼ਿਵਾ ਪੰਜਾਬ 'ਚ। ਐਂਟਰੀ ਹੋ ਜਾਣੀ ਹੈ ਚੋਬਰ ਦੀ ਅੱਜ। ਹਜ਼ਾਰਾਂ ਕੋਹਾਂ ਤੋਂ ਦੂਰ ਬਾਈ ਕਰੀਮਾਂ ਆ ਰਹੀਆਂ ਨੇ ਆਪਣੇ ਪੰਜਾਬ ਦੇ ਵਿੱਚ। ਲਓ ਵੀ ਮਿੱਤਰੋ, ਲੋਡਿੰਗ ਹੋ ਗਈ, ਘੋੜਾ ਤੁਰਨ ਲੱਗਿਆ। ਲਓ ਜੀ, ਰਵਾਨਾ ਹੋ ਰਿਹਾ ਪੰਜਾਬ ਨੂੰ। ਸਤਿ ਸ਼੍ਰੀ ਅਕਾਲ। ਧੰਨਵਾਦ ਬਾਈ ਰਾਜੂ, ਪੰਜਾਬ ਨੂੰ ਬਹੁਤ ਸੋਹਣਾ ਘੋੜਾ ਦਿੱਤਾ ਤੁਸੀਂ, ਖੁੜਿਆਰ ਸਟੱਡ ਫਾਰਮ ਦਾ ਧੰਨਵਾਦ। ਪਿੰਡ 'ਚ ਐਂਟਰੀ ਹੋ ਗਈ ਜੀ ਸ਼ਿਵੇ ਦੀ। ਲਓ ਵੀ ਮਿੱਤਰੋ, ਫਾਈਨਲੀ ਰਤਨ ਹਵੇਲੀ ਪਹੁੰਚ ਗਏ ਆਪਾਂ, ਅਤੇ ਉੱਧਰੋਂ ਸ਼ਿਵਾ ਵੀ ਪਹੁੰਚ ਗਿਆ। ਧਮਾਕੇਦਾਰ ਸਵਾਗਤ ਹੋਣਾ ਸ਼ਿਵਾ ਦਾ। ਹੈਣਕ ਕੇ ਘੋੜੇ ਨੇ ਆਪਦੀ ਹਾਜ਼ਰੀ ਲਵਾਤੀ।
ਰਤਨ ਹਵੇਲੀ ਪਹੁੰਚ ਗਿਆ ਜੀ ਘੋੜਾ। ਤੁਹਾਨੂੰ ਘੋੜਾ ਦਿਖਾਉਂਦੇ ਹਾਂ, ਫਿਰ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਰਾ, ਅਤੇ ਲਾਈਵ 'ਤੇ ਕਮੈਂਟ ਵਗੈਰਾ ਕਰਕੇ ਦੱਸ ਦਿਓ ਵੀ ਆਵਾਜ਼ ਸਹੀ ਆ ਰਹੀ ਆ। ਬਿਲਕੁਲ ਜੀ, ਸਾਰੀ ਸੰਗਤ ਜੁੜੀ ਹੋਈ ਆ ਅਤੇ ਘੋੜੇ ਦਾ ਸਵਾਗਤ ਕਰਨ ਵਾਸਤੇ। ਪਾਠੀ ਸਿੰਘ ਵੀ ਆਏ ਹੋਏ ਆ ਜੀ ਅਰਦਾਸ ਬੇਨਤੀਆਂ ਕਰਕੇ। ਬਈ ਸੋਰੀ, ਨੈਟਵਰਕ ਦੇ ਇਸ਼ੂ ਕਰਕੇ ਥੋੜਾ ਜਿਹਾ ਲਾਈਵ ਵਿੱਚੋਂ ਬੰਦ ਹੋ ਗਿਆ ਸੀ ਭਰਾਵੋ। ਸ਼ੇਅਰ ਮਾਰ ਦਿਓ ਮੇਰਾ ਭਰਾ, ਬਰਾਬਰ ਤੁਰੀ ਬਰਾਬਰ ਬਰਾਬਰ। ਮਾਰਵਾੜੀ ਵੱਡੀ ਕੀਮਤ ਦਾ ਘੋੜਾ ਪੰਜਾਬ 'ਚ ਐਂਟਰ ਹੋ ਗਿਆ ਬਾਈ, ਆਪਣੇ ਪੰਜਾਬੀਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਆ, ਖੁਸ਼ੀ ਵਾਲੀ ਗੱਲ ਹੈ ਜੀ। ਸਾਡੇ ਪਹਿਲਵਾਨ ਸਟੱਡ ਫਾਰਮ ਵਾਲੇ ਵੀਰ ਵੀ ਜੁੜ ਗਏ ਜੀ। ਦੇਖ ਲਓ, ਹਾਂ ਲੱਗੇ ਫਿਰ ਅਰਦਾਸ ਬੇਨਤੀ ਕਰਾ ਦੋ। ਬਹੁਤ ਲੰਮਾ ਪਿੰਡ ਤੈਅ ਕਰਕੇ ਆਇਆ ਘੋੜਾ ਬਾਈ, ਹਜ਼ਾਰਾਂ ਕਿਲੋਮੀਟਰ ਦਾ। ਲਓ ਵੀ ਨੱਚਦਾ ਫਿਰਦਾ ਸ਼ਿਵਾ ਪੰਜਾਬ ਦੀ ਧਰਤੀ ਤੇ, ਤੇ ਸਾਰੇ ਪਿੰਡ ਵੱਲੋਂ ਸਵਾਗਤ ਕੀਤਾ ਜਾ ਰਿਹਾ ਜੀ ਸ਼ਿਵਾ ਦਾ। ਘੋੜੇ ਦੀ ਖੜਨੀ ਖੁੜਨੀ ਦੇਖੋ ਤੁਸੀਂ ਯਾਰ, ਸਵਾਦ ਹੀ ਲਿਆਦਾ ਘੋੜੇ ਨੇ। ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ।
ਸਤਿ ਸ੍ਰੀ ਅਕਾਲ। ਬਚਾ ਕੇ ਬਚਾ ਕੇ ਘੁੰਮਣ ਨਾ ਦੀ ਲਾ ਦੇ ਪੁੱਤਰਾ ਲਾ ਬਾਈ ਦੁੱਲੇ ਦਾ ਬੇਟਾ ਅਜੇ ਨਾ ਬੇਟੇ ਜਦ ਬੰਨਦਾ ਫੇਰ ਫੇਰ ਚਲਾਈ ਕਈ ਵਾਰ ਡਰ ਜਾਂਦਾ ਘੋੜਾ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਬਸ ਬੇਟਾ ਬਸ ਕੋਈ ਕੋਈ ਬਸ ਸੁਖੀ ਰੱਜ ਗਿਆ ਮੈਨੂੰ ਹੈ ਉਹ ਕੋਲੇ ਨੂੰ ਕਰਨਾ ਲਓ ਜੀ ਇਹ ਬਾਈ ਦੀਪਕ ਤੇ ਮਨੋਹਰ ਸਿੰਘ। ਮਨੋਹਰ ਸਿੰਘ ਘੋੜੇ ਦੇ ਨਾਲ ਆਇਆ ਸਾਰੇ ਰਾਹ ਗੁਜਰਾਤ ਤੋਂ ਪੰਜਾਬ ਤੱਕ ਤੇ ਦੀਪਕ ਗੱਡੀ ਚਲਾ ਕੇ ਲੈ ਕੇ ਆਇਆ। ਬਹੁਤ ਸੇਫ ਗੱਡੀ ਚਲਾਉਂਦਾ। ਥੈਂਕ ਯੂ ਬਾਈ ਬਹੁਤ ਬਹੁਤ ਯਾਰ ਆਪਕਾ ਧੰਨਵਾਦ। ਇਤਨਾ ਅੱਛਾ ਘੋੜਾ ਜੋ ਬਾਈ ਨੇ ਰਾਜੂ ਨੇ ਹਮੇ ਦਿਆ ਆਪ ਇਤਨਾ ਸੇਫਲੀ ਉਸਕੋ ਪੰਜਾਬ ਮੇ ਯਹਾਂ ਤੱਕ ਛੋੜਨੇ ਆਏ। ਥੈਂਕ ਯੂ ਬਾਈ। ਇਹ ਹੁੰਦਾ ਘੋੜਿਆਂ ਨਾਲ ਪਿਆਰ। ਬਾਈ ਨੇ ਦੋ ਬੰਦੇ ਭੇਜਿਆ, ਆਪਦੀ ਗੱਡੀ ਭੇਜੀ ਸਪੈਸ਼ਲ ਵੀ ਘੋੜਾ ਬਿਲਕੁਲ ਐਨ ਸੇਫਲੀ ਆਪਦੇ ਨਵੇਂ ਘਰ ਪਹੁੰਚ ਜੇ, ਆਪਦੇ ਸਟੇਬਲ 'ਤੇ ਪਹੁੰਚ ਜੇ। ਅਤੇ ਬਾਈ ਨੂੰ ਵਧਾਈਆਂ ਜ਼ਰੂਰ ਦਿਓ ਵੀਰਿਓ। ਅਤੇ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਬਾਈ, ਉਹਨਾਂ ਦੇ ਯਾਰ ਦੋਸਤ ਪਹੁੰਚੇ ਹੋਏ ਆ ਸਾਰੇ, ਅਤੇ ਪਿੰਡ ਵਾਸੀਆਂ ਨੇ ਯਾਰ ਬਹੁਤ ਸਹਿਯੋਗ ਦਿੱਤਾ ਬਾਈ ਨੂੰ। ਧੰਨਵਾਦ ਸਾਰੇ ਦੋਸਤਾਂ ਦਾ। ਅਤੇ ਬਾਕੀ ਜਿਵੇਂ ਵੀ ਕੋਈ ਅਪਡੇਟ ਹੋਊ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਸ਼ਿਵਾ ਬਾਰੇ। ਰੱਖਣਾ ਹੋਣਾ ਰੱਖਣਾ।
ਛੱਡ ਗਈ ਸੀ ਨਾ ਉਹ